ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਆਪਾ ਬਹੁਤ ਨਿੱਘਾ ਸਵਾਗਤ ਕਰਦੇ ਆ ਕਿ ਇਸ ਸੈਗਮੈਂਟ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਹੈਗੇ ਆ ਉਹ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਆ ਗੈਸਟ ਪਹੁੰਚ ਚੁੱਕੇ ਆ ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗਿਆਨੀ ਤਜਿੰਦਰ ਸਿੰਘ ਜੀ ਬੁਲਵਰਹੈਮਪਟਨ ਤੋਂ ਜਿਹੜੇ ਕਿ ਡੱਡਲੀ ਗੁਰੂ ਨਾਨਕ ਸਿੰਘ ਸਭਾ ਗੁਰਦੁਆਰਾ ਟੱਲੀ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਵੀ ਨਿਭਾ ਰਹੇ ਨੇ ਸੋ ਅੱਜ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਸੀ ਖੰਡਪੜ ਸਾਹਿਬ ਜਿਹੜਾ ਕਿ ਸਿੱਖ ਚੈਨਲ ਵੱਲੋਂ ਰੱਖਿਆ ਜਾ ਰਿਹਾ ਹੈ 14 ਤਰੀਕ ਨੂੰ ਇਹ ਸਖੰਡਪਰ ਸਾਹਿਬ ਦੀ 14 ਜੂਨ ਨੂੰ ਇਹਦੀ ਖੰਡਪਰ ਸਾਹਿਬ ਦੀ ਰੰਗਤਾ ਹੋਵੇਗੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਤੇ 16 ਜੂਨ ਨੂੰ ਇਹ ਸਖੰਡਪਰ ਸਾਹਿਬ ਦੇ ਪੋਗ ਪਾਏ ਜਾਣਗੇ ਉਪਰੰਤ ਕੀਰਤਨ ਸਮਾਗਮ ਹੋਵੇਗਾ ਸੋ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਕਿ ਪਾਕਿਸਤਾਨ ਵਿਖੇ ਮਨਾਇਆ ਜਾ ਰਿਹਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸੋ ਹਿਸਟਰੀ ਦੇ ਵਿੱਚ ਪਹਿਲੀ ਵਾਰ ਜਿਹੜਾ ਕਿ ਇਸ ਖੰਡਪਰ ਸਾਹਿਬ ਦਾ ਬ੍ਰਾਡਕਾਸਟ ਤੁਸੀਂ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕੋਗੇ ਆਪਦੇ ਟੀਵੀ ਟੀਵੀ ਦੀ ਦਾ ਆਨੰਦ ਮਾਣ ਸਕੋਗੇ ਸੋ ਇਸ ਖੰਡਪੜ ਸਾਹਿਬ ਬਾਰੇ ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਰੇ ਅੱਜ ਥੋੜੀ ਵਿਸਤਾਰ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਗਿਆਨੀ ਤਜਿੰਦਰ ਸਿੰਘ ਜੀ ਦੇ ਨਾਲ ਸੋ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਸੀ ਇਸ ਬ੍ਰੈਕਫਾਸਟ ਸ਼ੋ ਦੇ ਵਿੱਚ ਸੋ ਅੱਜ ਦੇ ਸ਼ੋ ਦੇ ਵਿੱਚ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਸੀ ਸਿੱਖ ਚੈਨਲ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਖੰਡਪੜ ਸਾਹਿਬ ਜਿਹੜਾ ਕਿ ਸੰਗਤਾਂ ਨੂੰ ਅਸੀਂ ਘਰ ਬੈਠੇ ਉਹ ਜ਼ਾਣੰਦ ਮਾ ਸਕਦੇ ਆ ਸੋ ਸਭ ਤੋਂ ਪਹਿਲਾਂ ਤੁਸੀਂ ਇਸ ਉਪਰਾਲੇ ਬਾਰੇ ਜੋ ਜਿਹੜੀ ਲਾਈਫ ਹਿਸਟਰੀ ਉਹਨਾਂ ਬਾਰੇ ਸੋ ਪਹਿਲਾਂ ਤੁਸੀਂ ਹਾਂ ਜੀ ਨਹੀਂ ਬਹੁਤ ਹੀ ਵਧੀਆ ਉਪਰਾਲਾ ਦੀ ਸਿੱਖ ਚੈਨਲ ਦਾ ਬਹੁਤ ਹੀ ਖੁਸ਼ੀ ਹੋਈ ਕਿ ਚੈਨਲ ਵੱਲੋਂ ਪਹਿਲੀ ਵਾਰੀ ਪਾਕਿਸਤਾਨ ਦੇ ਵਿੱਚ ਜਾ ਕੇ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ੀਧੀ ਹੋਈ ਹੈ ਉਹ ਪਾਵਨ ਸਥਾਨ ਤੇ ਜਾ ਕੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਕਿਉਂਕਿ ਸ਼੍ਰੀ ਅਖੰਡ ਪਾਤਸ਼ਾਹ ਜੀ ਜਾਂ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੀ ਕੋਈ ਵੀ ਬਾਣੀਆਂ ਇੱਕ ਤਾਂ ਚੈਨਲ ਵੱਲੋਂ ਬਾਣੀ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਜੀ ਦੂਸਰਾ ਇਹਨਾਂ ਵੱਲੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਉਹਦੀ ਮਹੱਤਤਾ ਨੂੰ ਸਾਰੀਆਂ ਸੰਗਤਾਂ ਤੱਕ ਪਹੁੰਚਾਇਆ ਜਾ ਰਿਹਾ ਤੇ ਇਤਿਹਾਸਕ ਸਥਾਨ ਨੂੰ ਵੀ ਪ੍ਰੋਮੋਟ ਕੀਤਾ ਜਾ ਰਿਹਾ ਇਹਦੇ ਨਾਲ ਇਹ ਹੋ ਸਕਦਾ ਕਿ ਵੱਧ ਤੋਂ ਵੱਧ ਸੰਗਤਾਂ ਬਾਣੀ ਦੇ ਨਾਲ ਜੁੜ ਸਕਦੀਆਂ ਪੰਨਵੇਂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਜਾਣ ਸਕਦੀਆਂ ਅਤੇ ਉਸ ਇਸ ਥਾਂ ਇਸ ਸਾਤ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕਦੀਆਂ ਸੰਗਤਾਂ ਜੀ ਬਹੁਤ ਵਧੀਆ ਪ੍ਰਾਲਾ ਜੀ ਉਹ ਜੇ ਪ੍ਰਾਲੇ ਹੋਰ ਵੀ ਹੋਣੇ ਚਾਹੀਦੇ ਜੀ ਜੀ ਬਹੁਤ ਵਧੀਆ ਤੁਸੀਂ ਦੱਸਿਆ ਤੇ ਨਾਲ ਹੀ ਗੁਰੂ ਅਰਜਨ ਦੇਵ ਜੀ ਦੀ ਜਦੋਂ ਅਸੀਂ ਗੱਲ ਕਰਦੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਆ ਸੋ ਉਹਨਾਂ ਦੀ ਸ਼ਹੀਦੀ ਬਾਰੇ ਗੱਲਬਾਤ ਕਰਦੇ ਆ ਸੋ ਉਹਦੇ ਬਾਰੇ ਤੁਸੀਂ ਥੋੜਾ ਜਾਂ ਸੰਗਤਾਂ ਨੂੰ ਦੱਸੋ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਸਾਨੂੰ ਪਤਾ ਹੈਗਾ ਕਿ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀਗੀ ਉਹਨਾਂ ਤੇ ਬਹੁਤ ਸਾਰੇ ਉਹਨਾਂ ਤੇ ਜਿਹੜੇ ਟੌਰਚ ਤਸ਼ੱਦਦ ਹੋਇਆ ਸੀਗਾ ਜਿਹੜੇ ਕਿ ਉੱਥੋਂ ਦੇ ਮਹਾਰਾਜਾ ਜਹਾਂਗੀਰ ਵੱਲੋਂ ਪਰ ਸਾਨੂੰ ਜਿਹੜਾ ਡਿਟੇਲ ਦੇ ਵਿੱਚ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਕਿਉਂ ਉਹਨਾਂ ਦੀ ਸ਼ਹੀਦੀ ਹੋਈ ਸੀ ਕੀ ਕਾਰਨ ਸੀਗਾ ਤੇ ਥੋੜਾ ਜਿਹਾ ਉਹਨਾਂ ਦੀ ਲਾਈਫ ਹਿਸਟਰੀ ਬਾਰੇ ਵੀ ਸਾਡੇ ਜਿਹੜੇ ਦਰਸ਼ਕਾਂ ਨੂੰ ਤੁਸੀਂ ਦੱਸ ਹਾਂਜੀ ਉਹਨਾਂ ਦੀ ਸ਼ਹੀਦੀ ਦੇ ਤਾਂ ਬਹੁਤ ਕਾਰਨ ਸੀਗੇ ਜੀ ਜੀ ਬਹੁਤ ਸਾਰੇ ਕਾਰਨ ਨੇ ਘੱਟੋ-ਘੱਟ 5-6 ਕਾਰਨ ਸੀਗੇ ਮੇਨ ਜੀ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਿਹੜੇ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸੁਪੁੱਤਰ ਸੀਗੇ ਜੀ ਇਹਨਾਂ ਦੇ ਮਾਤਾ ਜੀ ਬੀਬੀ ਭਾਨੀ ਜੀ ਹੋਏ ਆ ਜੀ ਬੀਬੀ ਪਾਨੀ ਜੀ ਉਹਨਾਂ ਦਾ ਵੀ ਸਿੱਖ ਥਾਸ ਦੇ ਵਿੱਚ ਬਹੁਤ ਵੱਡਾ ਨਾਮ ਆ ਔਰਤਾਂ ਦੇ ਵਿੱਚ ਜੀ ਔਰਤਾਂ ਨੂੰ ਵੀ ਬੀਬੀਆਂ ਨੂੰ ਵੀ ਉਹਨਾਂ ਦੇ ਜੀਵਨ ਤੋਂ ਬਹੁਤ ਸਿੱਖਿਆ ਲੈਣੀ ਚਾਹੀਦੀ ਆ ਕਿਉਂਕਿ ਜਿਹੜੇ ਬੀਬੀ ਪਾਨੀ ਜੀ ਹੋਏ ਆ ਉਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪੁੱਤਰੀ ਹੋਏ ਆ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰੋਂ ਸੀਗੇ ਉਹਨਾਂ ਦੀ ਪਤਨੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਾਤਾ ਜੀ ਸੀਗੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਾਦੀ ਜੀ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਦਾਦੀ ਜੀ ਸੀ ਜੀ ਕਿੰਨੀ ਉਹਨਾਂ ਨੂੰ ਸੋਭਾ ਮਿਲੀ ਜੀ ਕਿ ਐਨੇ ਗੁਰੂ ਗੁਰੂ ਸਬਾਨਾ ਦੇ ਨਾਲ ਉਹ ਜੁੜੇ ਹੋਏ ਸੀ ਤੇ ਉਹਨਾਂ ਦਾ ਸਿੱਖ ਧਾਰਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਵੀ ਕਿਉਂਕਿ ਬਚਪਨ ਤੋਂ ਉਹਨਾਂ ਨੇ ਉਹ ਜੀ ਗੁੜਤੀ ਦਿੱਤੀ ਬੀਬੀ ਭਾਨੀ ਜੀ ਨੇ ਤੇ ਉਹਨਾਂ ਦੇ ਪਿਤਾ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜੀ ਉਹਨਾਂ ਨੇ ਇਹੋ ਜਿਹਾ ਇਹਨਾਂ ਨੂੰ ਜੀਵਨ ਦਿੱਤਾ ਆਤਮਿਕ ਤੌਰ ਤੇ ਇੰਨੇ ਬਲਵਾਨ ਬਣਾ ਦਿੱਤਾ ਜੀ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸਾਨੂੰ ਤਿੰਨ ਭਰਾਤਾ ਸਨ ਸਭ ਤੋਂ ਵੱਡੇ ਸੀਗੇ ਪ੍ਰੀਥੀ ਚੰਦ ਜਿਹੜੇ ਕਿ ਦਿਮਾਗੀ ਤੌਰ ਤੇ ਬਹੁਤ ਚੁਸਤ ਚਲਾਕ ਸੀਗੇ ਕੰਮ ਕਰ ਕਰਨ ਨੂੰ ਵੀ ਤਕੜੇ ਸੀ ਪਰ ਆਤਮਿਕ ਜੀਵਨ ਤੋਂ ਸਖਣੇ ਸੀ ਜੀ ਉਹਨਾਂ ਤੋਂ ਛੋਟੇ ਸੀ ਮਹਾਦੇਵ ਜੀ ਉਹ ਸਾਧੂ ਸੁਭਾਅ ਦੇ ਮਾਲਕ ਸੀ ਉਹ ਵੀ ਪਰਮਾਤਮਾ ਦੀ ਭਗਤੀ 'ਚ ਲੀਨ ਰਹਿੰਦੇ ਸੀ ਪਰ ਉਹ ਦੀਨ ਦੁਨੀਆ ਵਿੱਚ ਰੁਚੀ ਨਹੀਂ ਸੀ ਦਿਖਾਉਂਦੇ ਜੀ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਨ ਉਹ ਜਿੱਥੇ ਦੀਨ ਦੁਨੀਆ ਦੇ ਕਮਾਕਾਰਾਂ ਦੇ ਵਿੱਚ ਵੀ ਪਿਤਾ ਦੀ ਆਗਿਆਕਾਰੀ ਹੁੰਦੇ ਆ ਸਾਰਾ ਕੁਝ ਕਰਦੇ ਸਨ ਆਤਮਿਕ ਤੌਰ ਤੇ ਵੀ ਉਹਨਾਂ ਨੂੰ ਬੀਬੀ ਪਾਨੀ ਜੀ ਨੇ ਉਹਨਾਂ ਦੀ ਮਾਤਾ ਜੀ ਨੇ ਤੇ ਉਹਨਾਂ ਦੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਿਲਕੁਲ ਪਰਪੱਕ ਬਣਾ ਦਿੱਤਾ ਸੀ ਜੀ ਜੀ ਏਸੇ ਕਰਕੇ ਉਹਨਾਂ ਨੇ ਜੀਵਨ ਦੇ ਵਿੱਚ ਇਹੋ ਜੇ ਕੰਮ ਕੀਤੇ ਕਿਉਂਕਿ ਜਿਹੜੀਆਂ ਜਿੰਨਾ ਕੰਮਾਂ ਦੀ ਲੋੜ ਸੀ ਆਮ ਲਕਾਈ ਨੂੰ ਜਿਹਦੀ ਲੋੜ ਸੀ ਉਹ ਵਾਲੇ ਉਹਨਾਂ ਨੇ ਕੰਮ ਕੀਤੇ ਪਰ ਉਹਨਾਂ ਦੀ ਸ਼ਹੀਦੀ ਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ ਬੇ ਕਿਨਾਂ ਕਾਰਨਾ ਕਰਕੇ ਹੋਈ ਇੱਕ ਤਾਂ ਕਿਹਾ ਜਾਂਦਾ ਹੈ ਕਿ ਜਿਹੜਾ ਇੱਕ ਚੰਦੂ ਤੇ ਬੀਰਬਲ ਤੇ ਪ੍ਰਿਥੀਚੰਦ ਇਹਨਾਂ ਨੇ ਵੀ ਪੂਰੇ ਦਾ ਪੂਰਾ ਜੋਰ ਲਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਕਰਾਉਣ ਵਾਸਤੇ ਜੀ ਉਹਨਾਂ ਦੇ ਉੱਪਰ ਤੁਛਦਤ ਕਰਨ ਵਾਸਤੇ ਜੀ ਜਿਹੜਾ ਪ੍ਰਿਥੀ ਚੰਦ ਸੀ ਉਹ ਤਾਂ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾਤਾ ਸੀ ਜੀ ਉਹਦੇ ਮਨ ਵਿੱਚ ਤਾਂ ਪਹਿਲਾਂ ਇਹ ਸੀ ਕਿ ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਕਿਉਂਕਿ ਮੈਂ ਸਭ ਤੋਂ ਵੱਡਾ ਜੀ ਜੀ ਤੇ ਉਦਾਂ ਵੀ ਮੈਂ ਕੰਮਕਾਰ ਜ਼ਿਆਦਾ ਸੰਭਾਲਦਾ ਸਾਰੇ ਲੋਕਾਂ ਦੀਆਂ ਆਇਆਂ ਦੀ ਸੇਵਾ ਕਰਦਾ ਜੋ ਕੰਮਕਾਰ ਰਿਹਾ ਆਮਦਨ ਦਾ ਲੇਖਾ ਜੋਖਾ ਜੀ ਸਾਰਾ ਕੁਝ ਮੈਂ ਕਰਦਾ ਮੇਰੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਨੇ ਮੈਨੂੰ ਕਿਉਂ ਨਹੀਂ ਗੱਦੀ ਦਿੱਤੀ ਇਹ ਵੀ ਵੱਡਾ ਕਾਰਨ ਸੀ ਉਹਨੇ ਤਾਂ ਪੂਰੀ ਰਹਿਂਦੀ ਦੁਨੀਆ ਤੱਕ ਜਿੰਨਾ ਚਿਰ ਉਹ ਆਪ ਰਿਆ ਉਹਦੇ ਆਪਣੇ ਸਵਾਸ ਰਿਓ ਨੇ ਪੂਰੇ ਦਾ ਪੂਰਾ ਜੋਰ ਲਾਈ ਰੱਖਿਆ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਲਈ ਬਾਅਦ ਵਿੱਚ ਉਹਨਾਂ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਜੀ ਬਚਪਨ ਦੇ ਵਿੱਚ ਵੀ ਮਾਰਨ ਦੇ ਉਹਨੇ ਬਹੁਤ ਖੁੱਧੇ ਯਤਨ ਕੀਤੇ ਕਈ ਯਤਨ ਕੀਤੇ ਜੀ ਸੋ ਇਸ ਤਰ੍ਹਾਂ ਜਿਹੜਾ ਪ੍ਰਿਥੀ ਚੰਦ ਸੀ ਉਹਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਭਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਲਈ ਫਿਰ ਜਿਹੜਾ ਹੁਣ ਬੀਰ ਬਲਿਆ ਅਕਬਰ ਬੀਰਬਲ ਦੇ ਅਕਬਰ ਦੇ ਦਰਬਾਰ ਚ ਬੀਰਬਲ ਹੁੰਦਾ ਸੀ ਉਹਦਾ ਵੀ ਕਈ ਜਣੇ ਕਈਆਂ ਚੈਨਲਾਂ ਤੇ ਉਹਦੀਆਂ ਫਿਲਮਾਂ ਸਟੋਰੀਆਂ ਵੀ ਚੱਲਦੀਆਂ ਕਈ ਉਹਦੇ ਚੁਟਕਲੇ ਸੁਣਦੇ ਉਦਾਂ ਸੁਣਦੇ ਵੀ ਬਹੁਤ ਦਿਮਾਗ ਸੀ ਉਹਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਸਤੇ ਉਹਨੇ ਵੀ ਪੂਰਾ ਯੋਗਦਾਨ ਪਾਇਆ ਇਸ ਤਰੀਕੇ ਦੇ ਨਾਲ ਜਿਹੜਾ ਚੰਦੂ ਸੀ ਇੱਕ ਜੀ ਚੰਦੂ ਜਿਹੜਾ ਸੀ ਉਹ ਅਕਬਰ ਦਾ ਜਿਹੜਾ ਦੀਵਾਨ ਸੀ ਜੀ ਕੋਈ ਬਹੁਤਾ ਵੱਡਾ ਨਹੀਂ ਸੀਗਾ ਉਹ ਛੋਟਾ ਹੀ ਇੱਕ ਬੰਦਾ ਸੀ ਪਰ ਉਹ ਆਪਣੇ ਆਪ ਨੂੰ ਉਹਦੇ ਵਿੱਚ ਆਕੜ ਇੰਨੀ ਸੀ ਆਪਣੇ ਆਪ ਨੂੰ ਸਮਝਦਾ ਸੀ ਕਿ ਮੈਂ ਬਹੁਤ ਵੱਡੀ ਪੋਸਟ ਤੇ ਆਂ ਜੀ ਕਿਉਂਕਿ ਕਈਆਂ ਦੇ ਕੋਈ ਚਪੜਾਸੀ ਵੀ ਕਿਤੇ ਲੱਗਾ ਹੋਵੇ ਕਿਸੇ ਅਫਸਰ ਦੇ ਥੱਲੇ ਉਹ ਹੀ ਨਹੀਂ ਮਾਣ ਹੁੰਦਾ ਜੀ ਇਸ ਕਰਕੇ ਉਹਦੇ ਮਨ ਵਿੱਚ ਹੰਕਾਰ ਬਹੁਤ ਸੀ ਜੀ ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਸੀ ਕਿ ਮੇਰੀ ਕੁੜੀ ਵਾਸਤੇ ਵਧੀਆ ਰਿਸ਼ਤਾ ਲੈ ਕੇ ਆਓ ਜੀ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜਿਹੜੇ ਸੁਪੁੱਤਰ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਕੱਦ ਕਾਠ ਵੀ ਸੋਹਣਾ ਉਦਾਂ ਵੀ ਤਕੜੇ ਲੰਬੇ ਹੈਗੇ ਆ ਤੇ ਉਹਨਾਂ ਨੇ ਉਹਦਾ ਦੇ ਬਾਰੇ ਦੱਸ ਪਾਈ ਜੀ ਫੇ ਉਹ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਪਹੁੰਚੇ ਉਹਨਾਂ ਦੇ ਆਲਕਾਰਾਂ ਨੇ ਕਿਹਾ ਕਿ ਦਾ ਚੰਦੂ ਜਿਹੜਾ ਦੀਵਾਨ ਅਕਬਰ ਦਾ ਉਹ ਤੁਹਾਡੀ ਬੇਟੀ ਨਾਲ ਰਿਸ਼ਤਾ ਕਰਨਾ ਚਾਹੁੰਦਾ ਆਪਣੀ ਬੇਟੀ ਦਾ ਗੁਰੂ ਅਰਜਨ ਦੇਵ ਜੀ ਨੇ ਉਹਦਾ ਰਿਸ਼ਤਾ ਮਨਜ਼ੂਰ ਕਰ ਲਿਆ ਬਾਅਦ ਵਿੱਚ ਜਦੋਂ ਚੰਦੂ ਦੇ ਕੋਲ ਜਾ ਕੇ ਉਹਨਾਂ ਨੇ ਦੱਸਿਆ ਕਿ ਤੁਹਾਡੀ ਬੇਟੀ ਦਾ ਰਿਸ਼ਤਾ ਸੀ ਪੰਜਵੇਂ ਪਾਸ਼ਾ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰਤਾ ਬਾਲ ਹਰਗੋਬਿੰਦ ਜੀ ਨਾਲ ਤੇ ਉਦੋਂ ਫੇ ਉਹ ਗੁਰੂ ਨਹੀਂ ਸੀ ਬਣੇ ਸੀ ਮੇ ਪਾਸ਼ਾ ਤੇ ਜਦੋਂ ਚੰਦੂ ਨੂੰ ਪਤਾ ਲੱਗਾ ਉਹ ਕਹਿੰਦਾ ਚਲੋ ਠੀਕ ਆ ਤੁਸੀਂ ਕਰਤਾ ਦਿੱਤਾ ਪਰ ਤੁਸੀਂ ਇੰਜ ਕੀਤਾ ਕਿ ਚੁਬਾਰੇ ਦੀ ਇੱਟ ਜਿਹੜੀ ਆ ਮੋਰੀ ਨੂੰ ਲਾ ਦਿੱਤੀ ਆ ਜੀ ਉਹਨੇ ਆਪਣੇ ਆਪ ਨੂੰ ਜਾਨੀ ਚੁਬਾਰਾ ਦੱਸਿਆ ਤੇ ਸਿੱਖੀ ਪੰਥ ਨੂੰ ਗੁਰੂ ਘਰ ਨੂੰ ਉਹਨੇ ਮੋਰੀ ਦੱਸਿਆ ਜੀ ਇਹ ਉਹ ਗੱਲਾਂ ਜਿਹੜੀਆਂ ਸੀ ਉਹ ਗੁਰਸਿੱਖਾਂ ਦੇ ਮਨ ਨੂੰ ਉਹਨਾਂ ਨੇ ਸਹਿਣ ਨਹੀਂ ਕੀਤੀਆਂ ਉਦੋਂ ਤੱਕ ਕੁਝ ਨਹੀਂ ਬੋਲੇ ਪਰ ਉਹਨਾਂ ਨੇ ਪੰਨਵੇ ਪਾਤਸ਼ਾਹ ਜੀ ਨੂੰ ਜਾ ਕੇ ਦੱਸਿਆ ਠੀਕ ਹੈ ਫਿਰ ਪੰਨਵੇ ਪਾਤਸ਼ਾਹ ਜੀ ਨੇ ਪੂਰਾ ਵਿਚਾਰ ਕੀਤਾ ਪਾਈ ਗੁਰਦਾਸ ਜੀ ਦੇ ਨਾਲ ਵੀ ਤੰਤਰਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵੀ ਅਤੇ ਸਾਰੀਆਂ ਸੰਗਤਾਂ ਨੇ ਵਿਚਾਰ ਕੀਤਾ ਜੀ ਸਾਰਿਆਂ ਨੇ ਗੁਰਸਿੱਖਾਂ ਨੇ ਪਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਤੁਹਾਨੂੰ ਉਹਦੀ ਲੜਕੀ ਦਾ ਰਿਸ਼ਤਾ ਨਹੀਂ ਮਨਜ਼ੂਰ ਕਰਨਾ ਚਾਹੀਦਾ ਜੀ ਕਿਉਂਕਿ ਉਹ ਨਰਾਦਰੀ ਕਰ ਰਿਹਾ ਸਿੱਖੀ ਦੀ ਵੀ ਤੁਹਾਡੀ ਵੀ ਸਾਰੀਆਂ ਸੰਗਤਾਂ ਦੀ ਵੀ ਇਹੋ ਜਿਹੀ ਹੰਕਾਰੀ ਬੰਦੇ ਦੇ ਘਰ ਆਪਣੀ ਬੇਟੀ ਦਾ ਰਿਸ਼ਤਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਫਿਰ ਪਾਸ਼ਾ ਜੀ ਨੇ ਉਹਦਾ ਰਿਸ਼ਤਾ ਮੂੜ ਦਿੱਤਾ ਸੀ ਤੇ ਇਹ ਜਿਹੜੇ ਗੁਰੂ ਸਾਹਿਬ ਦੀ ਆਪਾਂ ਸ੍ਰੀ ਦੀ ਗੱਲ ਕਰਦੇ ਆ ਸੋ ਇਹ ਲਾਹੌਰ ਦੇ ਵਿੱਚ ਜਦੋਂ ਮਹਾਰਾਜ ਜਹਾਂਗੀਰ ਜਿਹੜਾ ਕਿ ਉਹ ਸੀਗਾ ਹੰਕਾਰੀ ਰਾਜਾ ਕਹਿ ਸਕਦੇ ਆ ਸੋ ਉਹਨੇ ਜਿਹੜੇ ਤਸ਼ੱਦਦ ਕੀਤੇ ਗੁਰੂ ਸਾਹਿਬ ਦੇ ਉੱਤੇ ਉਹਦਾ ਕੀ ਕਾਰਨ ਸੀਗਾ ਉਹ ਉਹ ਕਿਉਂ ਕੀਤੇ ਸੀਗੇ ਜਿਵੇਂ ਉਹਨਾਂ ਨੂੰ ਤਤੀ ਤਵੀ ਦੇ ਉੱਤੇ ਬਿਠਾਇਆ ਗਿਆ ਉਹਨਾਂ ਦੇ ਉੱਪਰ ਰੇਤ ਪਾਈ ਗਈ ਤਪਦੀ ਰੇਤ ਪਾਈ ਗਈ ਸੋ ਇਹ ਜਿਹੜੇ ਤਸ਼ੱਦਦ ਹੋਇਆ ਇਹਦਾ ਕੀ ਕਾਰਨ ਸੀ ਗਮੀਨ ਕਿਉਂਕਿ ਇੱਕ ਤਾਂ ਇਹ ਗੱਲ ਆ ਜੀ ਬੱਖੋ ਬੱਖਰੇ ਦੇਸ਼ਾਂ ਦੇ ਵਿੱਚ ਬੱਖੋ ਬੱਖਰੇ ਕਾਨੂੰਨ ਬਣਿਆ ਕਿਤੇ ਕਿਸੇ ਨੂੰ ਫਾਂਸੀ ਦੇ ਉੱਪਰ ਲਟਕਾ ਦਿੱਤਾ ਜਾਂਦਾ ਕਿਤੇ ਗੋਲੀ ਮਾਰ ਦਿੱਤੀ ਜਾਂਦੀ ਆ ਕਈਆਂ ਥਾਂ ਤੇ ਸੀਸ ਵੀ ਕਲਮ ਕਰ ਦਿੱਤਾ ਜਾਂਦਾ ਜੀ ਜਿਹੜਾ ਇੰਡੀਆ ਦੇ ਵਿੱਚ ਜਿੰਨੇ ਵੀ ਰਾਜੇ ਆਏ ਆ ਬਾਬਰ ਦੀ ਗੱਲ ਕਰੀਏ ਅਕਬਰ ਦੀ ਗੱਲ ਕਰੀਏ ਬਾਅਦ ਵਿੱਚ ਜਹਾਂਗੀਰ ਆ ਗਿਆ ਉਸ ਸਮੇਂ ਅਕਬਰ ਤੋਂ ਬਾਅਦ ਜਹਾਂਗੀਰ ਨੇ ਵੀ ਧੋਖੇ ਦੇ ਨਾਲ ਹੀ ਅਕਬਰ ਦੇ ਕੋਲੋਂ ਗਾਹਾਂ ਜਦੋਂ ਉਹਨੇ ਗੱਦੀ ਪ੍ਰਾਪਤ ਕੀਤੀ ਆ ਤਾਂ ਉਹਦੀ ਫੇ ਕਈਆਂ ਨੇ ਕੰਨਪਾਨੇ ਸ਼ੁਰੂ ਕਰ ਦਿੱਤੇ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਹਾਨੂੰ ਜਿਹੜਾ ਹੈ ਤੁਹਾਡੇ ਮੁਸਲਮਾਨਾਂ ਨੂੰ ਬਹੁਤ ਵੱਡਾ ਖਤਰਾ ਤੁਹਾਡਾ ਮੁਸਲਮ ਧਰਮ ਖਤਰੇ ਚ ਪੈ ਸਕਦਾ ਚਾਰੇ ਪਾਸੇ ਸਿੱਖੀ ਸਿੱਕੀ ਹੋ ਜਾਵੇਗੀ ਉਹ ਜਿਹੜੇ ਸੀ ਉਦੋਂ ਕਾਨੂੰਨ ਸੀ ਫੇ ਵੀ ਜੀ ਉਦੋਂ ਇਹ ਕਾਨੂੰਨ ਬਣਿਆ ਸੀ ਕਿ ਕਿਸੇ ਨੂੰ ਵੀ ਤੁਸੀਂ ਮਾਰਨਾ ਰਾਜਾ ਕਿਸੇ ਨੂੰ ਵੀ ਕੋਈ ਵੀ ਸਜ਼ਾ ਦੇ ਸਕਦਾ ਕਿਸੇ ਦਾ ਸਿਰ ਕਲਮ ਕਰ ਸਕਦਾ ਉਹਨੂੰ ਫਾਂਸੀ ਤੇ ਲਟਕਾ ਸਕਦਾ ਉਹਦਾ ਬੰਦ-ਬੰਦ ਕੱਟ ਸਕਦਾ ਕੁਝ ਵੀ ਕਰ ਸਕਦਾ ਪਰ ਜਿਹੜਾ ਕੋਈ ਧਾਰਮਿਕ ਗੁਰੂ ਆ ਜੀ ਕਿਸੇ ਵੀ ਧਰਮ ਨੂੰ ਉਹ ਬਿਲੋਂਗ ਕਰਦਾ ਕਿਸੇ ਵੀ ਧਰਮ ਦਾ ਆ ਉਹਨੂੰ ਜਿਹੜੀ ਵੀ ਸਜ਼ਾ ਦਿੱਤੀ ਜਾਣੀ ਭਾਵੇਂ ਉਹਨੂੰ ਮਾਰਿਆ ਵੀ ਜਾਵੇ ਪਰ ਉਹਨਾਂ ਦਾ ਖੂਨ ਦਾ ਇੱਕ ਵੀ ਕਤਰਾ ਜਿਹੜਾ ਧਰਤੀ ਦੇ ਉੱਤੇ ਨਹੀਂ ਡਿਗਣਾ ਚਾਹੀਦਾ ਜੀ ਕਿਉਂਕਿ ਉਹਨਾਂ ਦੇ ਮਨ ਵਿੱਚ ਸੀ ਪਹਿਲਾਂ ਉਹਨਾਂ ਦੇ ਪ੍ਰਥਾ ਚਲੀ ਆਉਂਦੀ ਸੀ ਕਿ ਜੇਕਰ ਇਵੇਂ ਹੋਵੇਗਾ ਜਿਨਨੇ ਖੂਨ ਦੇ ਕਤਰੇ ਡਿਗਣਗੇ ਉਹਨੇ ਉਹਦੇ ਵਿੱਚ ਉਹਨਾਂ ਦੇ ਪੈਰੋਕਾਰ ਉੱਠਣਗੇ ਤੇ ਉਹ ਤੁਹਾਡੇ ਧਰਮ ਵਾਸਤੇ ਫਿਰ ਸਭ ਤੋਂ ਵੱਡਾ ਖਤਰਾ ਪੈਦਾ ਹੋਣਗੇ ਇਸੇ ਕਰਕੇ ਉਸ ਕਾਨੂੰਨ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਤਲ ਨਹੀਂ ਕੀਤਾ ਗਿਆ ਉਹਨਾਂ ਦੇ ਉੱਤੇ ਬਾਰ ਨਹੀਂ ਕੀਤਾ ਗਿਆ ਤਾਂ ਕਿ ਇਹਨਾਂ ਦਾ ਖੂਨ ਨਾ ਕਤਰਾ ਨਾ ਡਿਗੇ ਇਸੇ ਕਰਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਚੰਦੂ ਨੇ ਜਿਹਦੀ ਕੁੜੀ ਦਾ ਰਿਸ਼ਤਾ ਮੋੜਿਆ ਸੀ ਉਹਨੇ ਕਿਹਾ ਫੇ ਇੰਜ ਕਰੋ ਕਿ ਇਹਨਾਂ ਨੂੰ ਉਬਲਦੀ ਦੀ ਦੇਗ ਦੇ ਵਿੱਚ ਗਰਮ ਦੇਗ ਲੈ ਕੇ ਉਹਦੇ ਵਿੱਚ ਉਬਲਦਾ ਪਾਣੀ ਪਾ ਕੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ ਤਾਂ ਕਿ ਜੇ ਉਹਨਾਂ ਦੇ ਸਰੀਰ ਵਿੱਚੋਂ ਖੂਨ ਵੀ ਨਿਕਲੇ ਤਾਂ ਉਸ ਦੇਗ ਦੇ ਵਿੱਚ ਹੀ ਰਹਿ ਜਵੇ ਜੇਕਰ ਤਤੀ ਤਵੀ ਤੇ ਮਿਠਾਲਿਆ ਜਾਵੇ ਤਾਂ ਤਵੀ ਦੇ ਉੱਤੇ ਖੂਨ ਡਿਗੇ ਇਹਨਾਂ ਦਾ ਜੀ ਬਾਅਦ ਵਿੱਚ ਫੀਨਾ ਦੇ ਸਰੀਰ ਨੂੰ ਪਾਸ਼ਾ ਜੀ ਨੇ ਰਾਵੀ ਦਰਿਆ ਦੇ ਵਿੱਚ ਰੋੜਿਆ ਗਿਆ ਤਾਂ ਕਿ ਉਹ ਵੀ ਜੇ ਖੂਨ ਬਾਅਦ ਵੀ ਡਿਗੇ ਤਾਂ ਉਹ ਦੇ ਵਿੱਚ ਡਿਗੇ ਧਰਤੀ ਦੇ ਉੱਤੇ ਇੱਕ ਵੀ ਕਤਰਾ ਨਹੀਂ ਡਿਗਣਾ ਚਾਹੀਦਾ ਜੇ ਡਿਗੇ ਵੀ ਉੱਤੇ ਤੱਤੀ ਰੀਤ ਪਾਈ ਗਈ ਕਿ ਤਾਂ ਕਿ ਰੀਤ ਦੇ ਨਾਲ ਉਹ ਖੂਨ ਸੁੱਕ ਸਕੇ ਜੇਕਰ ਕੋਈ ਕਤਰਾ ਡਿਗ ਵੀ ਜਾਵੇ ਇਸ ਕਰਕੇ ਉਹਨਾਂ ਨੂੰ ਇਸ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਗਈ ਕਿ ਇਹਨਾਂ ਦਾ ਖੂਨ ਡਿਗੇ ਨਾ ਜੀ ਸੋ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਆ ਜਿਵੇਂ ਅਸੀਂ ਗੱਲ ਕਰਦੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਜਿਹਦੀ ਜਿਹੜਾ ਸਥਾਨ ਬਣਿਆ ਹੋਇਆ ਸੋ ਇਹ ਜਿਹੜਾ ਸਥਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਗਿਆ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਉਹਨਾਂ ਦੇ ਸਪੁੱਤਰ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਜੀ 1609 ਈਸਵੀ ਦੇ ਵਿੱਚ ਜਦੋਂ ਉਹ ਗਏ ਸੀ ਉੱਥੇ ਤਾਂ ਉਹਨਾਂ ਨੇ ਜਿਹੜੀ ਜਗ੍ਹਾ ਬਣਾਈ ਸੀਗੀ ਤਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਰਮਾਣ ਸ਼ੁਰੂ ਕਰਵਾਇਆ ਸੀਗਾ ਸੋ ਇੱਥੇ ਜਿਹੜੀ ਜਗ੍ਹਾ ਬਣੀ ਹੋਈ ਆ ਸੋ ਜੇ ਗੱਲ ਕਰੀਏ ਗੁਰੂ ਸਾਹਿਬ ਦੀ ਸ਼ ਕੀਤੀ ਆ ਉਹਨਾਂ ਨੇ ਇਹ ਜਿਹੜਾ ਮੈਸੇਜ ਸਾਰੇ ਸਿੱਖਾਂ ਨੂੰ ਦਿੱਤਾ ਹੈਗਾ ਸਾਰੀ ਕਮਿਊਨਿਟੀ ਨੂੰ ਦਿੱਤਾ ਹੈਗਾ ਸੋ ਉਹਦੇ ਤੋਂ ਸਾਨੂੰ ਕੀ ਸਿੱਖਣ ਦੀ ਲੋੜ ਆ ਉਹਦੇ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਕਿ ਬਹੁਤ ਸਾਰੀਆਂ ਗੱਲਾਂ ਇੱਕ ਅੱਧੀ ਗੱਲ ਵੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਆ ਵੀ ਅਸੀਂ ਮਾੜੀ ਗੱਲ ਦੇ ਵਿੱਚੋਂ ਤੱਤ ਦੇ ਵਿੱਚ ਆ ਜੰਨੇ ਆ ਚਾਹੇ ਆਪਾਂ ਘਰਾਂ 'ਚੋਂ ਲੈ ਲਈਏ ਚਾਹੇ ਆਪਾਂ ਗੁਰੂ ਗੁਰੂ ਘਰ ਕਿਤੇ ਪ੍ਰੋਗਰਾਮ ਤੇ ਗਏ ਆ ਜੀ ਗੁਰੂ ਘਰ ਵੀ ਜੇਕਰ ਕਿਤੇ ਠੰਡ ਹੋਵੇ ਕਿਤੇ ਕੋਈ ਹੀਟ ਨਹੀਂ ਲੱਗੀ ਜੀ ਆਪਾਂ ਰੋਣਾ ਪਾਉਣ ਲੱਪੈ ਨੇ ਜੀ ਹੀਟ ਲਾਓ ਪ੍ਰਬੰਧ ਕਰਨ ਹੀਟ ਨਹੀਂ ਲਾਈ ਹੈ ਨਾ ਜੇ ਗਰਮੀ ਹੋ ਗਈ ਜਿਆਦਾ ਪੱਖੇ ਨਹੀਂ ਲਾਏ ਕਈ ਵਕਤ ਥੋੜੀ ਥੋੜੀ ਗਲਤ ਹੋ ਅਸੀਂ ਤਲਖੀ ਚ ਆ ਜੰਨੇ ਆ ਪੰਮੇ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪਰਮ ਸੇਵਕ ਸਾਈ ਮੀਆਂ ਮੀਰ ਜੀ ਜੀ ਜਿਹੜੇ ਕਿ ਮੁਸਲਮਾਨ ਧਰਮ ਦੇ ਵਿੱਚ ਸੀਗੇ ਉਹਨਾਂ ਦੇ ਪ੍ਰਚਾਰਕ ਸੀ ਮੁਸਲਮਾਨਾਂ ਦੇ ਉਹ ਦੇਖ ਲਓ ਅੱਲਾਹੁ ਅਕਬਰ ਨੂੰ ਛੱਡ ਕੇ ਉਹ ਸਿਮਰੋ ਸਿਮਰ ਸਿਮਰ ਸੁਖ ਪਾਬੂ ਆ ਹਨ ਸੁਖਨੀ ਸਾਹਿਬ ਜੀ ਦੀ ਬਾਣੀ ਪੰਨ ਲੱਗ ਪਾਇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੇਵਕ ਬਣ ਗਏ ਉਹਨਾਂ ਨੇ ਵੀ ਕਿਹਾ ਸੀ ਜਦੋਂ ਪੰਨਵੇਂ ਪਾਤਸ਼ਾਹ ਜੀ ਸ਼ਹੀਦ ਹੋਣ ਲੱਗੇ ਸੀ ਤਤੀ ਤਵੀ ਤੇ ਬਹਿਣ ਲੱਗੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਹੁਕਮ ਕਰੋ ਆਪਾਂ ਲਾਹੌਰ ਦੀ ਇੱਟ ਨਾ ਇੱਟ ਖੜਕਾ ਦਿੰਨੇ ਆ ਤੇ ਤੁਸੀਂ ਵੀ ਅੰਤਰਜਾਮੀ ਆ ਤੁਸੀਂ ਸਾਰਾ ਕੁਝ ਕਰ ਸਕਦੇ ਆ ਤੁਹਾਡੇ ਕੋਲ ಅಪਾਰ ਸ਼ਕਤੀਆਂ ਤੁਸੀਂ ਸਭ ਕੁਝ ਕਰ ਸਕਦੇ ਹੋ ਪਰ ਪੰਨਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਅਸੀਂ ਕੋਈ ਸ਼ਕਤੀਆਂ ਦੇ ਨਾਲ ਨਹੀਂ ਕਰਨਾ ਜੋ ਕੁਝ ਵੀ ਤੁਹਾਡੇ ਨਾਲ ਜੀਵਨ ਵਿੱਚ ਹੋ ਰਿਆ ਉਹ ਪ੍ਰਮਾਤਮਾ ਦੇ ਭਾਣੇ ਨੂੰ ਅਕਸੈਪਟ ਕਰੋ ਜੀ ਸਭ ਤੋਂ ਵੱਡੀ ਗੱਲ ਸਾਨੂੰ ਉਹਨਾਂ ਦੀ ਸ਼ੀਧੀ ਤੋਂ ਇਹ ਸਿੱਖਣੀ ਚਾਹੀਦੀ ਕਿ ਅਸੀਂ ਪ੍ਰਮਾਤਮਾ ਦੇ ਭਾਣੇ ਨੂੰ ਅਕਸੈਪਟ ਕਰੀਏ ਅਸੀਂ ਕਿਸੇ ਵੀ ਗੱਲ ਤੋਂ ਤਲਖੀ ਵਿੱਚ ਨਾ ਆਈਏ ਅਸੀਂ ਕਿਤੇ ਵੀ ਬੈਠੇ ਆਂ ਭਾਵੇਂ ਆਪਣੇ ਘਰ ਪਰਿਵਾਰ 'ਚ ਹੀ ਆ ਭਾਵੇਂ ਬੱਚਿਆਂ ਨਾਲ ਬੈਠੇ ਚਾਹੇ ਵੱਡਿਆਂ ਦੇ ਨਾਲ ਆ ਹਰ ਇੱਕ ਦਾ ਸਤਿਕਾਰ ਕਰੀਏ ਜੀ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਾਈ ਮੀਆਂ ਮੀਰ ਜੀ ਨੂੰ ਵੀ ਠੰਡੇ ਕਰ ਦਿੱਤਾ ਆਪ ਵੀ ਦੇਖ ਲਓ ਉਸ ਟਾਈਮ ਮਹੀਨਾ ਵੀ ਕਿੰਨਾ ਗਰਮ ਸੀ ਜੀ ਹਨਾ ਬਾਦਸ਼ਾ ਵੀ ਕਿੰਨਾ ਗਰਮ ਸੀ ਸੋ ਜੂਨ ਮਹੀਨੇ ਦੀ ਅਸੀਂ ਜੇ ਗੱਲ ਕਰਦੇ ਆ ਜੂਨ ਮਹੀਨਾ ਸੁਣ ਕੇ ਸਾਨੂੰ ਇਹ ਲੱਗਦਾ ਹੈ ਕਿ ਇੰਨੀ ਜ਼ਿਆਦਾ ਗਰਮੀ ਹੁਣ ਅਸੀਂ ਸੋਚਦੇ ਆ ਕਿ ਜੇ ਸਾਡਾ ਇੱਥੇ 25 30 ਡਿਗਰੀ ਟੈਂਪਰੇਚਰ ਹੋ ਜਾਂਦਾ ਅਸੀਂ ਸੋਚਦੇ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ ਸੋ ਅਸੀਂ ਏਸੀਆਂ ਦਾ ਸਹਾਰਾ ਲੈਂਦੇ ਆ ਅਸੀਂ ਪੱਖਿਆਂ ਦਾ ਸਹਾਰਾ ਲੈਂਦੇ ਆ ਤਾਂ ਉਸ ਉਸ ਟਾਈਮ ਤੇ ਗੁਰੂ ਸਾਹਿਬ ਨੂੰ ਤਤੀ ਤਵੀ ਦੇ ਉੱਪਰ ਬਿਠਾਇਆ ਗਿਆ ਉਹਨਾਂ ਨੂੰ ਉਬਲਦੀਆਂ ਦੇਗਾਂ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ ਸੋ ਕਿੰਨਾ ਜ਼ਿਆਦਾ ਤਸ਼ੱਦਦ ਉਹਨਾਂ ਤੇ ਕੀਤਾ ਗਿਆ ਫਿਰ ਵੀ ਉਹਨਾਂ ਨੇ ਇਹੀ ਕਿਹਾ ਉਹਨਾਂ ਦੇ ਮੂੰਹੋਂ ਹੀ ਨਿਕਲਿਆ ਤੇਰਾ ਪਾਣਾ ਮਿੱਠਾ ਲਾਗੇ ਗੁਰੂ ਨਾਨਕ ਨਾਮ ਪਦਾਰਥ ਨਾਨਕ ਮੰਗੇ ਸੋ ਇਹ ਜਿਹੜਾ ਵਾਕ ਇਹਨਾਂ ਦੇ ਵਾਕਾਂ ਤੋਂ ਪਤਾ ਲੱਗਦਾ ਹੈ ਕਿ ਕਿੰਨਾ ਉਹਨਾਂ ਨੇ ਸਬਰ ਸੰਤੋਖ ਸਿੱਧਕ ਇਹ ਜਿਹੜਾ ਮੈਸੇਜ ਉਹਨਾਂ ਨੇ ਦਿੱਤਾ ਹੈਗਾ ਸਾਨੂੰ ਜਿਹੜਾ ਕਿ ਜਿਹੜਾ ਜੇ ਉਹ ਵੀ ਸਾਡੇ ਨਾਲ ਹੋ ਰਿਹਾ ਬੀਤ ਰਿਹਾ ਅਸੀਂ ਕਿਸੇ ਚਮਤਕਾਰ ਦੀ ਉਡੀਕ ਦੇ ਵਿੱਚ ਨਾ ਬੈਠੇ ਰਹੀਏ ਅਸੀਂ ਆਪਦੇ ਚਮਤਕਾਰ ਦੇ ਉਡੀਕ ਦੇ ਵਿੱਚ ਆਪਦਾ ਜਿਹੜਾ ਸਮਾਂ ਨਾ ਖਰਾਬ ਕਰੀਏ ਅਸੀਂ ਉਸ ਪਾਣੇ ਨੂੰ ਮਿੱਠਾ ਮੰਨ ਕੇ ਚੱਲੀਏ ਤੇਰਾ ਪਾਣਾ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗਾ ਸੋ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਗੁਰ ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਸੰਬੰਧਿਤ ਸਿੱਖ ਚੰਨ ਵੱਲੋਂ ਜਿਹੜਾ ਅਖੰਡ ਪਾਠ ਸਾਹਿਬ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਸੋ ਅਖੰਡ ਪਾਠ ਸਾਹਿਬ ਦੀ ਗੱਲ ਕਰੀਏ ਸੋ ਅਖੰਡ ਪਾਠ ਸਾਹਿਬ ਦੀ ਜਿਹੜੀ ਮਰਿਆਦਾ ਹੈਗੀ ਆ ਇਹ ਕਦੋਂ ਸ਼ੁਰੂ ਹੋਈ ਸੀ ਤੇ ਕਿੱਥੇ ਸ਼ੁਰੂ ਹੋਈ ਸੀ ਤੇ ਕਿਹਨੇ ਸ਼ੁਰੂ ਕੀਤੀ ਸੀ ਸ੍ਰੀ ਅਖੰਡ ਪਾਠ ਸਾਹਿਬ ਦੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪ੍ਰారంਭ ਕੀਤੇ ਜੀ ਕਿਉਂਕਿ ਜਦੋਂ ਸ੍ਰੀ ਗੁਰੂ ਆਉ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਉਹ ਖਦਰਾਣੇ ਦੀ ਢਾਬ ਜਿਹੜੀ ਸਭ ਤੋਂ ਆਖਰੀ ਜੰਗ ਉਹਨਾਂ ਦੀ ਹੋਈ ਹੈ ਉਹ ਤੋਂ ਬਾਅਦ ਵਿੱਚ ਕਈਆਂ ਨਗਰਾਂ ਦੇ ਵਿੱਚ ਹੁੰਦਿਆਂ ਹੋਇਆਂ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਉਹਨਾਂ ਨੇ ਜਾ ਕੇ ਬਿਸ਼ਰਾਮ ਕੀਤਾ ਉੱਥੇ ਜਾ ਕੇ ਦਮ ਲਿਆ ਭਾਵ ਜ਼ਿਆਦਾ ਚਿਰ ਟਿਕੇ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਵੀ ਬਾਣੀ ਲਿਖਵਾਈ ਆਪਣੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਡ ਕੀਤੀ ਉੱਥੇ ਫਿਰ ਜਦੋਂ ਮਾਤਾ ਸੁੰਦਰੀ ਜੀ ਉਹਨਾਂ ਦੇ ਕੋਲ ਪਹੁੰਚਦੇ ਆ ਜੀ ਮਾਤਾ ਸੁੰਦਰੀ ਜੀ ਦਿੱਲੀ ਤੋਂ ਭਾਈ ਮਨੀ ਸਿੰਘ ਜੀ ਦੇ ਨਾਲ ਪਹੁੰਚਦੇ ਆ ਜੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਪੁੱਛਦੇ ਆ ਕਿ ਸਾਡੇ ਪੁੱਤਰ ਕਿੱਥੇ ਆ ਜੀ ਕਿਉਂਕਿ ਉਦੋਂ ਕਿਹੜਾ ਕੋਈ ਮੀਡੀਆ ਸੀ ਜਾਂ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਣਾ ਉੱਥੇ ਬੈਠਿਆ ਨੂੰ ਹਾਂਜੀ ਹਾਂਜੀ ਜਦੋਂ ਕੋਲ ਪਹੁੰਚਦੇ ਆ ਦੇਖਦੇ ਆ ਪੁੱਛਦੇ ਆ ਕਿ ਸਾਡੇ ਚਾਰੇ ਪੁੱਤਰ ਨਹੀਂ ਨਜਰ ਆਉਂਦੇ ਵੀ ਉਹ ਕਿੱਥੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਤੁਹਾਡੇ ਚਾਰ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ ਜੀ ਉਦੋਂ ਫਿਰ ਮਾਤਾ ਜੀ ਥੋੜ੍ਹਾ ਜਿਹਾ ਬਰਾਗ ਵਿੱਚ ਆ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਆਪਾਂ ਬਾਣੀ ਦਾ ਸਹਾਰਾ ਲੈਣਾ ਜਿੰਨੇ ਵੀ ਤੁਸੀਂ ਖਾਲਸਾ ਤੁਹਾਨੂੰ ਨਜ਼ਰੀ ਪੈ ਰਿਹਾ ਜਿੰਨੀਆਂ ਸੰਗਤਾਂ ਬੈਠੀਆਂ ਸਾਰੇ ਸਾਡੇ ਪੁੱਤਰਾਂ ਤੇ ਧੀਆ ਜੀ ਜੇਕਰ ਸਾਡੇ 4 ਪੁੱਤਰ ਮਰ ਗਏ ਤਾਂ ਉਹਦਾ ਅਸੀਂ ਬਰਾਗ ਨਹੀਂ ਕਰੀ ਜਣਾ ਸਾਡੇ ਸਾਰੇ ਪੁੱਤਰ ਧੀਆ ਤੁਸੀਂ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਦੇਖਣਾ ਤੇ ਆਪਾਂ ਸਾਰਿਆਂ ਨੇ ਬਾਣੀ ਦਾ ਸਹਾਰਾ ਲੈਣਾ ਉਹਨਾਂ ਨੇ ਕਿਹਾ ਆਪ ਵੀ ਬਾਣੀ ਪੜੋ ਸਾਰੀਆਂ ਸੰਗਤਾਂ ਨੂੰ ਵੀ ਕਿਹਾ ਕਿ ਤੁਸੀਂ ਬਾਣੀ ਪੜੋ ਭਾਵੇਂ ਤੁਸੀਂ ਸਹਿਜ ਪਾਠ ਕਰੋ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਤੁਸੀਂ ਜਿੰਨਾ ਮੱਦੀ ਸਮਾਂ ਲਾ ਕੇ ਬਾਣੀ ਪੜ ਸਕਦੇ ਹੋ ਨਹੀਂ ਤਾਂ ਉਹਨਾਂ ਨੇ ਫਿਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਉਦੋਂ ਪ੍ਰਥਾ ਪਹਿਲੀ ਵਾਰ ਸ਼ੁਰੂ ਕੀਤੀ ਦਮਦਮਾ ਸਾਹਿਬ ਜੀ ਦੇ ਪਾਵਨ ਸਥਾਨ ਜਿਹੜਾ ਹੁਣ ਇੱਕ ਤਖਤ ਆ ਉੱਥੇ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰారంਭ ਕੀਤੇ ਸੰਗਤਾਂ ਨੂੰ ਕਿਹਾ ਕਿ ਇਹ ਪਾਠ ਹੋਣਗੇ ਅੱਜ ਆਪਾਂ ਰੱਖਾਂਗੇ ਤਾਂ ਪਰਸੋਂ ਉਹਨਾਂ ਦੇ ਭੋਗ ਪੈਣਗੇ ਪ੍ਰੋਪਰ ਦੀਗ ਬਣਾ ਕੇ ਕੜਾ ਪ੍ਰਸ਼ਾਦ ਦੀ ਸੰਗਤਾਂ ਨੂੰ ਸੱਦੇ ਪੇ ਮਤ ਪੱਤਰ ਭੇਜੇ ਗਏ ਫਿਰ ਸਤ ਗੁਰਾਂ ਦੇ ਚਾਨਣਾ ਵਿੱਚ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਜੀ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰారంਭ ਕੀਤੇ ਗਏ ਤੀਸਰੇ ਦਿਨ ਉਹਦੇ 48 ਘੰਟਿਆਂ ਮਦ ਭੋਗ ਪਏ ਅਤੇ ਬਾਅਦ ਵਿੱਚ ਸੰਗਤਾਂ ਨੇ ਕੀਰਤਨ ਦਾ ਕਥਾ ਦਾ ਆਨੰਦ ਮਾਣਿਆ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਹ ਬਹੁਤ ਵੱਡੀ ਦੀਨ ਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਜੀ ਬਿਲਕੁਲ ਜੀ ਸੋ ਗਿਆਨੀ ਜੀ ਨੇ ਬਹੁਤ ਹੀ ਵਿਸਥਾਰ ਪੂਰਵਕ ਤਰੀਕੇ ਨਾਂ ਵਧੀਆ ਤਰੀਕੇ ਨਾਲ ਸਾਨੂੰ ਇਹ ਐਕਸਪਲੇਨ ਐਕਸਪਲੀਨੇਸ਼ਨ ਦਿੱਤੀ ਹੈ ਕਿ ਖੰਡ ਪੜ ਸਾਹਿਬ ਕਦੋਂ ਸ਼ੁਰੂ ਹੋਇਆ ਕਿਨੇ ਸ਼ੁਰੂ ਕੀਤਾ ਸੋ ਇੱਕ ਕੀ ਕਾਰਨ ਸੇ ਖੰਡ ਪੜ ਸਾਹਿਬ ਸ਼ੁਰੂ ਦੀ ਜਿਹੜੀ ਆਰੰਭਤਾ ਹੋਈ ਆ ਉਹਦੇ ਉਹਦਾ ਸੋ ਖੰਡ ਪੜ ਸਾਹਿਬ ਸਿੱਖ ਚੈਨਲ ਵੱਲੋਂ ਜਿਹੜਾ ਕਿ ਡੇਰਾ ਗੁਰਦੁਆਰਾ ਡੇਰਾ ਸੈਬ ਲਾਹੌਰ ਵਿਖੇ ਕਰਵਾਇਆ ਜਾ ਰਿਹਾ 14 ਤਰੀਕ ਨੂੰ ਸੋ ਇਸ ਖੰਡ ਪੜ ਸਾਹਿਬ ਦੇ ਵਿੱਚ ਤੁਸੀਂ ਆਪਣਾ ਦਸਵੰਦ ਆਪਣੀ ਸੇਵਾ ਤੁਸੀਂ ਪਾ ਸਕਦੇ ਆ ਤੁਸੀਂ ਸਿੱਖ ਚੰਦ ਦੇ ਨੰਬਰ 01213801050 ਤੇ ਕਾਲ ਕਰਕੇ 01213801050 ਤੇ ਤੁਸੀਂ ਕਾਲ ਕਰਕੇ ਤੁਸੀਂ ਆਪਣਾ ਜਿਹੜੀ ਦਸਵੰਤ ਕੱਢ ਗੱਡੋ ਸੇਵਾ ਕਰੋ ਸੇਵਾ ਪਾਓ ਤੁਸੀਂ ਸਪான்ਸਰ ਕਰੋ ਕਿੰਨੇ ਵੀ ਘੰਟੇ ਤੁਸੀਂ ਸਪான்ਸਰ ਕਰਨਾ ਚਾਹੁੰਦੇ ਹੋ ਸਪான்ਸਰ ਕਰ ਸਕਦੇ ਹੋ ਤੇ ਨਾਲ ਹੀ ਜੇ ਤੁਸੀਂ ਲੰਗਰ ਦੇ ਵਿੱਚ ਆਪਣੀ ਜਿਹੜੀ ਸੇਵਾ ਪਾਣੀ ਪਾਣੀ ਚਾਹੁੰਦੇ ਹੋ ਉਹ ਵੀ ਤੁਸੀਂ ਸੇਵਾ ਜ਼ਰੂਰ ਪਾਓ ਲੰਗਰ ਦੇ ਵਿੱਚ ਸ਼ਬੀਲ ਦੇ ਵਿੱਚ ਤੁਸੀਂ ਜਿਹੜੀ ਸੇਵਾ ਪਾਉਣੀ ਚਾਹੁੰਦੇ ਹੋ ਉਹਦੇ ਵਿੱਚ ਵੀ ਤੁਸੀਂ ਆਪਣੀ ਸੇਵਾ ਪਾ ਸਕਦੇ ਹੋ ਸੋ ਜੇ ਸ਼ਬੀਲ ਦੀ ਗੱਲ ਕਰੀਏ ਸੋ ਸ਼ਬੀਲ ਦਾ ਵੀ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਜਿਹੜਾ ਸ਼ਬੀਲ ਦੀ ਜਿਹੜੀ ਇਹ ਪ੍ਰਥਾ ਸ਼ੁਰੂ ਹੋਈ ਸੀਗੀ ਜਿਹੜਾ ਇਹ ਪਰੰਪਰਾ ਸ਼ੁਰੂ ਹੋਈ ਸੀਗੀ ਇਹ ਕਦੋਂ ਸ਼ੁਰੂ ਹੋਈ ਸੀ ਤੇ ਕੀ ਕਾਰਨ ਸੀ ਇਹ ਜਿਹੜੀ ਪਰੰਪਰਾ ਸ਼ੁਰੂ ਇਹ ਵੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਦੀ ਵਾਲੇ ਦੇ ਨੀ ਸ਼ਬੀਲ ਜਿਹੜੀ ਜ਼ਰੂਰੀ ਹੁੰਦੀ ਆ ਲਗਾਉਣੀ ਸੋ ਹਰ ਇੱਕ ਸਿੱਖ ਨੂੰ ਕਿਹਾ ਜਾਂਦਾ ਕਿ ਉਹ ਸ਼ਬੀਲ ਲਗਾਈ ਜਾਵੇ ਜਾਂ ਸ਼ਬੀਲ ਪੀਣੀ ਸੋ ਇਹਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਦੱਸੋ ਇਹ ਵੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ ਆ ਜਦੋਂ ਸਾਈ ਮੀਆਂ ਮੀਰ ਜੀ ਉਹਨਾਂ ਨੂੰ ਕਹਿ ਰਹੇ ਆ ਕਿ ਆਪਾਂ ਲਾਹੌਰ ਦੀ ਏਟਨਾ ਏਟ ਖੜਕਾ ਦੰਨੇ ਆ ਉਦੋਂ ਹੀ ਫਿਰ ਪਾਦਸ਼ਾਹ ਜੀ ਨੇ ਕਿਹਾ ਸੀ ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗ ਹੈ ਹਰ ਕਾ ਨਾਮ ਰਿਦਾ ਨਿਤ ਧਾਈ ਸੰਗੀ ਸਾਥੀ ਸਗਲ ਤਰਾਇ ਉਹ ਕਹਿੰਦੇ ਕਿ ਪ੍ਰਮਾਤਮਾ ਦੀ ਬਾਣੀ ਜਪੋ ਜੀ ਇਹ ਇਹਦੇ ਤੁਹਾਡੇ ਸਾਰੇ ਸਾਥੀਆਂ ਨੂੰ ਦੇ ਵੀ ਪਾਰ ਉਤਾਰੇ ਕਰਾਉਣੇ ਤੁਹਾਡੇ ਵੀ ਕਰਾਉਣੇ ਕਿਉਂਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤ ਤੇ ਸਦਾ ਸੰਭਾਲੇ ਜੀ ਗੁਰੂ ਪ੍ਰਮਾਤਮਾ ਹ ਸਦਾ ਸਾਡੇ ਸੰਗ ਆ ਤੁਹਾਡੇ ਵੀ ਰਹੇਗਾ ਜੇਕਰ ਤੁਸੀਂ ਉਹਦਾ ਪ੍ਰਮਾਤਮਾ ਦਾ ਨਾਮ ਸਿਮਰੂਗੇ ਸ਼ਾਂਤੀ ਵਿੱਚ ਰਹੋਗੇ ਤਾਂ ਮਿੱਠੇ ਰਹੋਗੇ ਜੀ ਇਸੇ ਕਰਕੇ ਫੇ ਉਦੋਂ ਤੋਂ ਹੀ ਮਿੱਠੇ ਜਲ ਦੀ ਮਿੱਠੇ ਠੰਡੇ ਜਲ ਦੀ ਸ਼ਬੀਲ ਦੀ ਪ੍ਰਥਾ ਫਿਰ ਪ੍ਰారంਭ ਹੋ ਗਈ ਸੰਗਤਾਂ ਫਿਰ ਇਸੇ ਕਰਕੇ ਉਹਨਾਂ ਨੂੰ ਯਾਦ ਕਰਦੇ ਆ ਸ਼ਬੀਲ ਦੀ ਪ੍ਰਥਾ ਸ਼ੁਰੂ ਹੋ ਗਈ ਸ਼ਬੀਲ ਲਾਉਣੀਆਂ ਜੀ ਪਰ ਮੇਰੇ ਖਿਆਲ ਦੇ ਵਿੱਚ ਇਹਦੇ ਨਾਲ ਵੀ ਜ਼ਿਆਦਾ ਵੱਡੀ ਗੱਲ ਜਿਹੜੀ ਮੰਨਣ ਵਾਲੀ ਆ ਥੋੜੇ ਜਿਹਾ ਵਿੱਚ ਆਪਾਂ ਉਦੋਂ ਗੱਲ ਕਰ ਰਹੇ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਦੇ ਕਾਰਨਾਂ ਦੀ ਇੱਕ ਸਭ ਤੋਂ ਵੱਡਾ ਕਾਰਨ ਹੋਰ ਵੀ ਆ ਜਿਹੜਾ ਸਾਨੂੰ ਉਹ ਵੀ ਕਰਨਾ ਚਾਹੀਦਾ ਸ਼ਬੀਲਤਾ ਸਹੀ ਸਾਰੇ ਜਣੇ ਲਾਉਣੇ ਆ ਜੀ ਤੇ ਉਹ ਕਾਰਨ ਇਹ ਆ ਕਿ ਜਿਹੜੇ ਸਿੱਖ ਸਰਬਰੀਏ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਹੜੇ ਕਈ ਮੰਨਦੇ ਆ ਪੀਰ ਨਗਾਹੇ ਵਾਲਾ ਕਹਿੰਦੇ ਆ ਲਾਲਾ ਵਾਲਾ ਕਹਿ ਦਿੰਦੇ ਆ ਉਹਦੀ ਮਾਨਤਾ ਵੀ ਉਦੋਂ ਬਹੁਤ ਸੀ ਜੀ ਮੁਸਲਮਾਨਾਂ ਦੇ ਵਿੱਚ ਵੀ ਕਈ ਕਾਸਟਾਂ ਹੈਗੀਆਂ ਉਹਨਾਂ ਦੇ ਵਿੱਚ ਕਈ ਟਾਈਪਸ ਆ ਜੀ ਉਹਦੇ ਵਿੱਚੋਂ ਇੱਕ ਸਿੱਖ ਸਰਬਰੀਏ ਸੀਗੇ ਪੀਰ ਨਗਾਹੇ ਵਾਲਾ ਜਿਹੜਾ ਕਿ ਪੰਜਾਬ ਵਿੱਚ ਕਿਤੇ ਰਿਹਾ ਵੀ ਨਹੀਂ ਜੀ ਨਾ ਕਦੀ ਪੰਜਾਬ ਦੇ ਵਿੱਚ ਆਇਆ ਪਰ ਫਿਰ ਵੀ ਪੰਜਾਬ ਵਾਲੇ ਲੋਕ ਹਾਲੇ ਤੱਕ ਵੀ ਉਹਨੂੰ ਮੰਨ ਰਹੇ ਆ ਜੀ ਉਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਊਗੀ ਕਿ ਉਸ ਪੀਰ ਨਗਾਹੇ ਵਾਲੇ ਕਰਕੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਹਿਣਾ ਪਿਆ ਸੋ ਅਸੀਂ ਉਹ ਜਿਆ ਨੂੰ ਨਾਮ ਮੰਨੀਏ ਕਿਉਂਕਿ ਕਈ ਹਾਲੇ ਵੀ ਮੰਨਦੇ ਆ ਬੀਰਬਾਰ ਨੂੰ ਉਹਦੀ ਕਬਰ ਤੇ ਦੀਵਾ ਚੜਾਉਂ ਦੀਵਾ ਚਲਾਉਂਦੇ ਆ ਜਾਂ ਫੁੱਲ ਚੜਾਉਂਦੇ ਆ ਜਾਂ ਮਿੱਠੀਆਂ ਰੋਟੀਆਂ ਕਰਦੇ ਆ ਉਹ ਜਿਹੜਾ ਸਿੱਖ ਸਰਬਰੀਆ ਸੀਗਾ ਸਿੱਖ ਸਰਬਰੀਆ ਨੂੰ ਲੋਕੀ ਮੰਨਦੇ ਸੀ ਪੀਰ ਨਗਾਹੇ ਵਾਲੇ ਨੂੰ ਉਹਨਾਂ ਦੇ ਵਿੱਚੋਂ ਭਾਈ ਮੰਜ ਜੀ ਸੀਗੇ ਜੀ ਭਾਈ ਮੰਝ ਜੀ ਜਦੋਂ ਵੀ ਪੀਰ ਨਗਾਹੇ ਦੇ ਜਾਂਦੇ ਸੀ ਇੱਕ ਵਾਰ ਆਉਂਦਿਆਂ ਆਉਂਦਿਆਂ 1585 ਈਸਵੀ ਦੇ ਵਿੱਚ ਭਾਈ ਮੰਝ ਜੀ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਉਹਨਾਂ ਨੇ ਪਹੁੰਚੇ ਜੀ ਜਦੋਂ ਉਹਨਾਂ ਨੇ ਦੇਖਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਆ ਉਹਨਾਂ ਨੇ ਕਿਹਾ ਕਿ ਇੱਥੇ ਗੁਰੂ ਕੌਣ ਆ ਕਹਿੰਦੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਉਹਦੇ ਮਨ ਵਿੱਚ ਆਇਆ ਵੀ ਚਲੋ ਉਹ ਸਿੱਖਾਂ ਦੇ ਧਰਮ ਗੁਰੂ ਆ ਜਿਹੜੇ ਧਾਰਮਿਕ ਗੁਰੂ ਆ ਉਹਨਾਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਆ ਜੀ ਉਹਨੇ ਕਿਹਾ ਕਿ ਮੈਨੂੰ ਗੁਰੂ ਅਰਜਨ ਦੇਵ ਜੀ ਨਾਲ ਮਿਲਾ ਦਿਓ ਮੈਂ ਇਹਨਾਂ ਨੂੰ ਮਿਲਣਾ ਚਾਹੁੰਦਾ ਉਹਨਾਂ ਨੇ ਉਹਨੇ ਸੋਚਿਆ ਵੀ ਕਿਸੇ ਤਖਤ ਤੇ ਬੈਠੇ ਹੋਣੇ ਆ ਬਹੁਤ ਤਕੜੀ ਪੋਸ਼ਾਕ ਪਾਈ ਹੋਣੀ ਆ ਆਲੇ ਦੁਆਲੇ ਚੰਗੇ ਚੋਰ ਕਰਦੇ ਹੋਣੇ ਆ ਕਹਿੰਦੇ ਕਿੱਥੇ ਆ ਫਿਰ ਸੰਗਤਾਂ ਨੇ ਦੱਸਿਆ ਵੀ ਹੁਣੇ-ਹੁਣੇ ਉਹ ਕਾਬਲ ਤੋਂ ਸੰਗਤਾਂ ਆਈਆਂ ਜੀ ਕਾਬਲ ਤੋਂ ਸੰਗਤਾਂ ਆਈਆਂ ਉਹ ਸੰਗਤਾਂ ਦੇ ਜਿਹੜੇ ਜੋੜੇ ਝਾੜ ਰਹੇ ਆ ਉਹ ਗੁਰੂ ਅਰਜਨ ਦੇਵ ਜੀ ਆ ਜੀ ਦੇਖੋ ਕਿੰਨੀ ਨਿਮਰਤਾ ਪੰਜਵੇਂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਜਦੋਂ ਗੁਰੂ ਵੀ ਬਣ ਗਏ ਸੰਗਤਾਂ ਦੇ ਜੋੜੇ ਛਾੜ ਰਹੇ ਆ ਜੀ ਤੇ ਜਦੋਂ ਭਾਈ ਮਨਜ ਨੇ ਦੇਖਿਆ ਉਹਦੇ ਮਨ ਚ ਜਿੰਨਾ ਵੀ ਮਾੜਾ ਮੋਟਾ ਵੀ ਹੰਕਾਰ ਸੀ ਸਾਰਾ ਉਤਰ ਗਿਆ ਜੀ ਤੇ ਉਹਨੇ ਉਦੋਂ ਤੋਂ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਜੁੜ ਗਿਆ ਉਹ ਕਹਿੰਦਾ ਐਨੀ ਨਿਮਰਤਾ ਗੁਰੂ ਦੀ ਪਾਦੀ ਮਿਲਣ ਤੇ ਵੀ ਇੱਕ ਤਰ੍ਹਾਂ ਦੀ ਤਾਨੂੰ ਬਾਦਸ਼ਾਹੀ ਮਿਲ ਗਈ ਜਿਹਨੂੰ ਕੋਈ ਵੀ ਪਾਦੀ ਮਿਲ ਜਵੇ ਉਹ ਤਾਂ ਫੁੱਲਿਆਂ ਨਹੀਂ ਸਮੋਂਦਾ ਜੀ ਜੀ ਬਿਲਕੁਲ ਉਦੋਂ ਤੋਂ ਉਹਨਾਂ ਦੇ ਨਾਲ ਜੁੜ ਗਿਆ ਭਾਈ ਮੰਜ ਜੀ ਨੇ ਕਿਹਾ ਕਿ ਮੈਨੂੰ ਤੁਸੀਂ ਆਪਣਾ ਸਿੱਖ ਬਣਾ ਲਓ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਜੀ ਇਹ ਕਿਉਂਕਿ ਤੁਸੀਂ ਹੁਣ ਕਿਹਨੂੰ ਮੰਨਦੇ ਹੋ ਕਹਿੰਦੇ ਸਿੱਖ ਸਰਵੀਆਂ ਸੀ ਪੀਰ ਨਗਾਹੇ ਵਾਲੇ ਨੂੰ ਉਹ ਕਹਿੰਦੇ ਜਾਂ ਤੂੰ ਉਹਨੂੰ ਮੰਨੀ ਜਾ ਅਸੀਂ ਤੈਨੂੰ ਰੋਕਦੇ ਨਹੀਂ ਵੀ ਤੂੰ ਉਹਨੂੰ ਨਹੀਂ ਮੰਨ ਸਕਦਾ ਜਾਂ ਤੂੰ ਉਹਨੂੰ ਮੰਨ ਲੈ ਜਾਂ ਉਹਦੀ ਸਿੱਖੀ ਤਾਂ ਅਨਕਾਲਾ ਜਾਂ ਸਾਡੀ ਗੱਲ ਆ ਫਿਰ ਉਹਨੇ ਉਹ ਜੋ ਮੰਨਦਾ ਸੀ ਆਪਣੇ ਘਰ ਵੀ ਉਹਨੇ ਕਬਰ ਜੀ ਬਣਾਈ ਸੀ ਉਹ ਕਬਰ ਵੀ ਢਾ ਦਿੱਤੀ ਪੀਰਖਾਨਾ ਢਾ ਕੇ ਉਹ ਆਪ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਗਿਆ ਜਦੋਂ ਉਹ ਬਣਿਆ ਉਹਦੇ ਨਾਲ ਉਹਨੇ ਬਹੁਤ ਜਣਿਆਂ ਨੂੰ ਸਿੱਖ ਸਰਬਰੀਆਂ ਨੂੰ ਸਿੱਖੀ ਲਾਈਨ ਦੇ ਵਿੱਚ ਲਿਆਂਦਾ ਇਹਦਾ ਵੀ ਬਹੁਤ ਵੱਡਾ ਪ੍ਰਭਾਵ ਸੀ ਫੇਉਨਾ ਲੋਕਾਂ ਨੇ ਜੀ ਜਹਾਂਗੀਰ ਦੇ ਕੰਨ ਭਰੇ ਕਿ ਇਹ ਤਾਂ ਮੁਸਲਮਾਨਾਂ ਨੂੰ ਵੀ ਸਿੱਖ ਬਣਾਈ ਜਾ ਰਿਆ ਸਿੱਖ ਸਰਵੜੀਆਂ ਨੂੰ ਵੀ ਸਿੱਖ ਬਣਾਈ ਜਾ ਰਿਹਾ ਇੱਕ ਦਿਨ ਸਾਡਾ ਸਾਰਾ ਮੁਸਲਮਾਨ ਧਰਮ ਖਤਮ ਹੋ ਜਾਣਾ ਇਸੇ ਕਰਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੋ ਲੋੜ ਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਤੋਂ ਸਿੱਖਿਆ ਲਈਏ ਜੇ ਅੱਜ ਕੱਲ ਅਸੀਂ ਵੀ ਉਹੀ ਕੰਮ ਕਰੀ ਗਏ ਸਿੱਖੀ ਤੇ ਸਿੱਖੀ ਨਹੀਂ ਟਿਕਾ ਸਕਦੇ ਜੇਕਰ ਅਸੀਂ ਗੁਰਸਿੱਖ ਬਣਨਾ ਸਾਨੂੰ ਕਬਰਾਂ ਨੂੰ ਮੰਨਣਾ ਬੰਦ ਕਰਨਾ ਪੈਣਾ ਜਿਹੜੇ ਹੋਰ ਮੂਰਤੀ ਪੂਜਾ ਕਰਦੇ ਜਾਂ ਕੁਝ ਵੀ ਕਰਦੇ ਆ ਇੱਕ ਲਾਈਨ ਇੱਕ ਪਾਸੇ ਹੋਈ ਗਈ ਇਹ ਦੀ ਵੀ ਤੁਸੀਂ ਛੱਡ ਦੋ ਜਿਹਨੇ ਪੱਕਾ ਹਿੰਦੂ ਨਾ ਪੱਕਾ ਹਿੰਦੂ ਬਣੇ ਜਿਹਨੇ ਗੁਰਸਿੱਖ ਬਣਨਾ ਗੁਰਸਿੱਖ ਬਣੇ ਇੱਕ ਪਾਸੇ ਹੋਈਏ ਤਾਂ ਦੀ ਸਾਡੇ ਪਾਰ ਉਤਾਰੇ ਹੋਣੇ ਸੋ ਸਾਡੇ ਕੋਲ ਸਮਾਂ ਵੀ ਬਹੁਤ ਸੀਮਤ ਰਹਿ ਗਿਆ ਪਰ ਅਸੀਂ ਇਹੀ ਬੇਨਤੀ ਕਰਾਂਗੇ ਸਾਡਾ ਅੱਜ ਦਾ ਪ੍ਰੋਗਰਾਮ ਦਾ ਮਕਸਦ ਇਹੀ ਸੀਗਾ ਕਿ ਤੁਹਾਨੂੰ ਜਿਵੇਂ ਕਿ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਬਾਰੇ ਉਹਨਾਂ ਦੀ ਸ਼ਹੀਦੀ ਬਾਰੇ ਅਖੰਡ ਪਾਠ ਸਾਹਿਬ ਬਾਰੇ ਪਰ ਅਸੀਂ ਗੱਲਬਾਤ ਕਰਨਾ ਚਾਹੁੰਦੇ ਸੀ ਜੋ ਜਿਨ੍ਹਾਂ ਨੂੰ ਜਾਣਕਾਰੀ ਕਈ ਵਾਰੀ ਨਹੀਂ ਹੁੰਦੀ ਸੋ ਉਹਨਾਂ ਨੂੰ ਵੀ ਜਾਣਕਾਰੀ ਹੋ ਜਾਏ ਕਿਉਂਕਿ ਅਖੰਡ ਪਾਠ ਸਾਹਿਬ ਜਿਨ੍ਹਾਂ ਦੇ ਰਾ ਸਾਨੂੰ ਮਹਾਨ ਮਹਾਨ ਤਾਂ ਨਹੀਂ ਪਤਾ ਲੱਗੂਗੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਜਿਹੜੀ ਮਹੱਤਵ ਹੈਗਾ ਉਹ ਨਹੀਂ ਪਤਾ ਲੱਗੂਗਾ ਅਸੀਂ ਇਹਦੇ ਨਾਲ ਪੂਰੀ ਤਰ੍ਹਾਂ ਨਹੀਂ ਜੋੜ ਸਕਦੇ ਸੋ ਇਸ ਖੰਡ ਪਾਠ ਸਾਹਿਬ ਕਰਾਉਣ ਦਾ ਮਕਸਦ ਇਹ ਸੀਗਾ ਕਿ ਤੁਹਾਨੂੰ ਅਸੀਂ ਜਿਹੜਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਉਹਨਾਂ ਉਹਨਾਂ ਦੀ ਸ਼ਹੀਦੀ ਤੇ ਜਿਹੜਾ ਖੰਡ ਪਾਠ ਸਾਹਿਬ ਉਹ ਦੁਆਰਾ ਸਾਹਿਬ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਆ ਉਥੇ ਆਪਾਂ ਖੰਡਪੜ ਸੱਭ ਕਰੀਏ ਉਸ ਖੰਡਪੜ ਸਾਦਰ ਅਨੰਦ ਤੁਸੀਂ ਇੱਥੇ ਘਰ ਬੈਠੇ ਮਾਨ ਸਕੋ ਉਸ ਖੰਡਪੜ ਸਾਹਿਬ ਨੂੰ ਤੁਸੀਂ ਸੁਣ ਸਕੋ ਉਹਨੂੰ ਜਿਹੜਾ ਉਹ ਜਿਹੜਾ ਖੰਡਪੜ ਸਾਹਿਬ ਹੋਣਾ 14 ਤਰੀਕ ਨੂੰ ਜਿਹੜੀ ਇਹਦੀ ਆਰੰਭਤਾ ਹੋਵੇਗੀ 16 ਤਰੀਕ ਨੂੰ ਸੰਡੇ ਵਾਲੇ ਦਿਨ ਭੋਗ ਪਾਏ ਜਾਣਗੇ ਉਪਰੰਤ ਜਿਹੜਾ ਕੀਰਤਨ ਸਮਾਗਮ ਹੋਵੇਗਾ ਇਹ ਜਿਹੜਾ ਲਾਈਵ ਪ੍ਰੋਗਰਾਮ ਹੈਗਾ ਇਹਦੀ ਤੁਸੀਂ ਲਾਈਵ ਬ੍ਰॉडकास्ट ਇੱਕ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਸੋ ਸਭ ਤੋਂ ਵੱਡੀ ਗੱਲ ਤੁਸੀਂ ਇਸ ਪ੍ਰੋਗਰਾਮ ਨੂੰ ਸਪான்ਸਰ ਕਰੋ ਕਿੰਨੇ ਵੀ ਕੈਂਟੇ ਤੁਸੀਂ ਸਪான்ਸਰ ਕਰਨਾ ਚਾਹੁੰਦੇ ਹੋ ਸੇਵਾ ਦੇਣੀ ਚਾਹੁੰਦੇ ਹੋ ਕੋਈ ਦਸਵੰਦ ਕੱਢੋ ਆਪਣਾ ਕਿ ਦਸਵੰਦ ਜਦੋਂ ਜਿਵੇਂ ਕਿ ਗੈਨੀਚੀ ਆਪਾਂ ਖੀਰ ਦੇ ਵਿੱਚ ਜਿਹੜੀ ਦਸਵੰਦ ਦਾ ਹੈਗਾ ਉਹਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਦੱਸ ਦਿਓ ਕਿ ਦਸਵੰਦ ਕੱਢਣਾ ਕਿਉਂ ਜ਼ਰੂਰੀ ਹੈਗਾ ਜਦੋਂ ਅਸੀਂ ਦਸਵੰਦ ਕੱਢਦੇ ਸਾਨੂੰ ਇਹ ਹੁੰਦਾ ਕਿ ਇਹ ਇਹ ਸਹੀ ਪਾਸੇ ਲੱਗੇ ਹਾਂ ਸੋ ਇਹ ਵੀ ਬਹੁਤ ਜ਼ਰੂਰੀ ਆ ਸੋ ਅਸੀਂ ਕੋਈ ਵੀ ਸੇਵਾ ਲੰਨੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਆਪਣਾ ਦਸਵੰਤ ਕਾੜਦੇ ਆ ਸਾਨੂੰ ਸਾਨੂੰ ਇਹ ਮਨ ਨੂੰ ਸੰਤੋਸ਼ਟੀ ਹੋਣੀ ਚਾਹੀਦੀ ਕਿ ਉਹ ਸਹੀ ਜਗ੍ਹਾ ਤੇ ਲੱਗੇ ਸੋ ਅਖੰਡ ਪਾਠ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਹ ਪਹਿਲੀ ਵਾਰ ਤੁਹਾਨੂੰ ਮੌਕਾ ਮਿਲ ਰਿਹਾ ਕਿ ਇਹਦੇ ਵਿੱਚ ਤੁਸੀਂ ਆਪਣੀ ਸੇਵਾ ਪਾਓ ਪਹਿਲੀ ਵਾਰ ਤੁਹਾਨੂੰ ਇਹ ਅਫਸਰ ਮਿਲ ਰਿਹਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਜਿਹੜਾ ਖੰਡਪਾਠ ਸਾਹਿਬ ਹੋ ਰਿਹਾ ਇਹਦੇ ਵਿੱਚ ਤੁਸੀਂ ਆਪਣਾ ਹਿੱਸਾ ਪਾਓ ਤੁਸੀਂ ਆਪਣਾ ਸਹਿਯੋਗ ਪਾਓ ਜਿਹੜੇ ਜੇ ਅਸੀਂ ਉੱਥੇ ਪਹੁੰਚ ਕੇ ਨਹੀਂ ਇਹ ਪਾਠ ਸੁਣ ਸਕਦੇ ਨਹੀਂ ਉੱਥੇ ਜਾ ਪਹੁੰਚ ਸਕਦੇ ਸੋ ਅਸੀਂ ਇੱਥੇ ਬੈਠੇ ਵੀ ਇਹ ਸਖੰਡਪਾਠ ਸਾਹਿਬ ਦਾ ਆਨੰਦ ਮਾਣ ਸਕਦੇ ਹਾਂ ਸਿੱਖ ਚੈਨਲ ਰਾਹੀਂ ਸੋ ਇਹ ਸਖੰਡਪਾਠ ਸਾਹਿਬ ਦਾ ਆਨੰਦ ਵੀ ਮਾਣੋ ਆਪਦੇ ਪਰਿਵਾਰ ਦੇ ਨਾਲ ਇਹ ਸਖੰਡਪਾਠ ਸਾਹਿਬ ਨੂੰ ਸੁਣੋ ਲਗਾਤਾਰ ਤੇ ਨਾਲ ਜੇ ਤੁਸੀਂ ਸਾਨੂੰ ਜੇ ਤੁਸੀਂ ਪਰਿਵਾਰ ਦੇ ਨਾਲ ਸੁਣ ਰਹੇ ਹੋ ਸਾਨੂੰ ਤੁਸੀਂ ਉਹਦੀਆਂ ਪਿਕਚਰਸ ਵੀ ਭੇਜ ਸਕਦੇ ਆ ਸੋ ਜ਼ਰੂਰ ਤੁਸੀਂ ਇਸ ਖੰਡ ਪਰਸਾ ਦਾ ਲਗਾਤਾਰ 3 ਦਿਨ ਤੁਸੀਂ ਇਹਦਾ ਆਨੰਦ ਮਾਣੋ ਤੇ ਨਾਲ ਹੀ ਸੇਵਾ ਵੀ ਜ਼ਰੂਰ ਦਿਓ ਆਪਣਾ ਦਸਵੰਦ ਵੀ ਜ਼ਰੂਰ ਕੱਢੋ ਤੁਸੀਂ ਸ਼ਬੀਰ ਦੀ ਸੇਵਾ ਵੀ ਲੈ ਸਕਦੇ ਹੋ ਤੁਸੀਂ ਲੰਗਰ ਦੀ ਸੇਵਾ ਵੀ ਲੰਗਰ ਦੇ ਵਿੱਚ ਵੀ ਸੇਵਾ ਪਾ ਸਕਦੇ ਹੋ ਸੋ ਬਹੁਤ ਵਧੀਆ ਮੌਕਾ ਮੇਰੇ ਖਿਆਲ ਸਾਡੇ ਜਿਹੜੇ ਦਰਸ਼ਕ ਹੈਗੇ ਜਿਹੜੇ ਸਾਨੂੰ ਇਸ ਟਾਈਮ ਸੁਣ ਰਹੇ ਉਹਨਾਂ ਦੇ ਲਈ ਸੋ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਾਡੇ ਕੋ ਸਮਾਂ ਸਮਾਪਤੀ ਵੱਲ ਜਾਣ ਦਾ ਵੀ ਹੋ ਗਿਆ ਹਾਂ ਜੀ ਜੀ ਬਹੁਤ ਵਧੀਆ ਉਪਰਾਲਾ ਜੀ ਸਿੱਖ ਚੈਨਲ ਦਾ ਕਿਉਂਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਦਸਵੰਦ ਦਾ ਇਸ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜੇ ਮੰਨਦੇ ਆ ਮੇਰੀ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਆ ਵੀ ਆਪਾਂ ਦਸਬੰਧ ਕੱਢੀਏ ਆਪਣੀ ਮਾਇਆ ਦਾ ਵੀ ਦਸਬੰਧ ਜ਼ਰੂਰ ਕੱਢੀਏ ਆਪਣੇ ਸਮੇਂ ਦਾ ਵੀ ਕੱਢੀਏ ਜੀ ਸਮੇਂ ਦਾ ਐਵੇਂ ਕਿਵੇਂ 24 ਘੰਟੇ ਆ ਉਹਦੇ ਵਿੱਚੋਂ ਜੇਕਰ 24 ਘੰਟਿਆਂ ਦਾ ਦਸਬੰਧ ਕੱਢੀਏ 2 ਘੰਟੇ 40 ਮਿੰਟ ਬਣਦੇ ਆ ਅਸੀਂ 2 ਘੰਟੇ 40 ਮਿੰਟ ਸਾਡਾ ਰੋਜ਼ਾਨਾ ਦਾ ਫਰਜ਼ ਬਣਦਾ ਕਿ ਇੱਕ ਦਿਨ ਰਾਤ ਵਿੱਚ 2 ਘੰਟੇ 40 ਮਿੰਟ ਅਸੀਂ ਜ਼ਰੂਰ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜੀਏ ਸਮੇ ਦਾ ਵੀ ਦਿਸਬੰਧ ਕੱਢੀਏ ਮਾਇਆ ਦੀ ਵੀ ਦਿਸਬੰਧ ਕੱਢੀਏ ਚੰਗੇ ਪਾਸੇ ਲਾਈਏ ਜਿਹੜਾ ਵੀ ਗੁਰਬਾਣੀ ਦੇ ਨਾਲ ਸਾਨੂੰ ਜੋੜਦਾ ਉਹਦੀ ਸਪੋਰਟ ਕਰੀਏ ਸਿੱਖ ਚੈਨਲ ਦਾ ਇਹ ਵਧੀਆ ਉਪਰਾਲਾ ਜਿਹੜਾ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਸ਼ੀਦੀ ਸਥਾਨ ਡੇਰਾ ਸਾਹਿਬ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਸ਼੍ਰੀ ਖੰਡ ਪੜ ਸਾਹਿਬ ਜੀ ਕਰਾਏ ਜਾ ਰਹੇ ਆ ਮਨ ਨੂੰ ਬਹੁਤ ਹੀ ਖੁਸ਼ੀ ਹੋਈ ਕਿ 95 ਪਾਸ਼ਾ ਜੀ ਦੀ ਸ਼ੀਧੀ ਐਨੇ ਵੱਡੇ ਪੱਧਰ ਤੇ ਉੱਥੇ ਸਿੱਖ ਚੈਨਲ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਿੱਖ ਚੈਨਲ ਦੀ ਇਸ ਸੇਵਾ ਦੇ ਵਿੱਚ ਯੋਗਦਾਨ ਪਾਓ ਤੇ 95 ਪਾਸ਼ਾ ਜੀ ਨੇ ਜਿਵੇਂ ਸ਼ਾਂਤ ਰਹਿਣ ਦਾ ਸਹਿਜ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਬਾਣੀ ਪੰਨ ਦਾ ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਉਪਦੇਸ਼ਾਂ ਨੂੰ ਅਮਲ ਦੇ ਵਿੱਚ ਲਿਆਈਏ ਜਿਹੜੇ ਉਹਨਾਂ ਦੇ ਭਗਤਾਂ ਨੇ ਸੇਵਕਾਂ ਨੇ ਜਿਹੜੇ ਕੰਮਾਂ ਤੋਂ ਰੋਕਿਆ ਆਪ ਹਟ ਗਿਆ ਅਸੀਂ ਵੀ ਹਟ ਜਾਈਏ ਉਹਨਾਂ ਕੰਮਾਂ ਤੋਂ ਰੋਕ ਕੇ ਅਕਾਲ ਕੀ ਤਰ ਪਾਤਸ਼ਾਹ ਜੀ ਦੇ ਪੁੱਤਰਾਂ ਤੀਆਂ ਬਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਅਸੀਂ ਵੀ ਗੁਰਸਿੱਖ ਧਰਨ ਕਰੀਏ ਜੀ ਗੁਰਸਿੱਖੀ ਬਣੀਏ ਠੀਕ ਹੈ ਗਿਆਨੀ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਆ ਕੇ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਆਪਦੇ ਵਿਚਾਰ ਦੱਸਿਆ ਸੋ ਗਿਆਨੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਗਿਆਨੀ ਤੇਜਿੰ다 ਸਿੰਘ ਜੀ ਦਾ ਸੋ ਇੱਥੇ ਆਪਾਂ ਹੁਣ ਸ਼ੋ ਦੀ ਸਮਾਪਤੀ ਕਰਦੇ ਆ ਸੋ ਤੁਹਾਨੂੰ ਮੈਂ ਲਾਸਟ ਦੇ ਵਿੱਚ ਇਹ ਬੇਨਤੀ ਕਰੂੰਗੀ ਕਿ ਸਿੱਖ ਚੈਨਲ ਦੀ ਟੀਮ ਕਾਲ ਸੈਂਟਰ ਟੀਮ ਤੁਹਾਡਾ ਫੋਨ ਦਾ ਇੰਤਜ਼ਾਰ ਕਰ ਰਹੀ ਆ ਤੁਹਾਡੇ ਕਾਲ ਦਾ ਇੰਤਜ਼ਾਰ ਕਰ ਰਹੀ ਆ ਸੋ ਜਰੂਰ ਤੁਸੀਂ ਕਾਲ ਕਰਕੇ 01213801050 ਤੇ ਕਾਲ ਕਰਕੇ ਤੁਸੀਂ ਜਰੂਰ ਆਪਣੀ ਸੇਵਾ ਲਖਾਓ ਸੋ ਇਹਨਾਂ ਕਹਿੰਦੇ ਹੋਏ ਜੇ ਸਾਡੇ ਤੋਂ ਕੋਈ ਲਾਈਵ ਪ੍ਰੋਗਰਾਮ ਹੋਵੇ ਜਰੂਰ ਮਾਫ ਕਰਨਾ ਸੋ ਇਹਨਾਂ ਕਹਿੰਦੇ ਹੋਏ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਜੀ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ